ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਦੇ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਪੰਥ ਖਾਲਸਾ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਸੂਨੂ ਸੇਵਾਦਾਰ ਸਾਹਿਬਾਨ ਸਿੰਘ ਸਾਹਿਬ ਜੀ ਜਿਹੜੇ ਸਟੇਜ ਦੀ ਸੇਵਾ ਕਰ ਰਹੇ ਨੇ ਇਹਨਾਂ ਦਾ ਅਤੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਸ਼ਹੀਦਾਂ ਨੂੰ ਯਾਦ ਕਰਦਿਆਂ ਅੱਜ ਦਾ ਇਹ ਸਮਾਗਮ ਜਿੱਥੇ ਉਲੀਕਿਆ ਗਿਆ ਹੈ ਉੱਥੇ ਦਾਸ ਵਰਗਿਆਂ ਨੂੰ ਇਸ ਦੇ ਸੰਬੰਧ ਦੇ ਵਿੱਚ ਕੁਝ ਲਫ਼ਜ਼ ਕਹਿਣ ਦੀ ਦਾ ਮੌਕਾ ਪ੍ਰਦਾਨ ਕੀਤਾ ਹੈ, ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸ਼ਹੀਦੇ ਆਜ਼ਮ ਸਰਦਾਰ ਬੇਅੰਤ ਸਿੰਘ, ਸ਼ਹੀਦੇ ਆਜ਼ਮ ਸਰਦਾਰ ਸਤਵੰਤ ਸਿੰਘ, ਸ਼ਹੀਦੇ ਆਜ਼ਮ ਸਰਦਾਰ ਕਿਹਰ ਸਿੰਘ ਅਤੇ ਸਮੂਹ ਸਰਮੌਰ ਸ਼ਹੀਦ ਜਿਨ੍ਹਾਂ ਨੂੰ ਅਸੀਂ ਵਰਤਮਾਨ ਸਮੇਂ ਦੇ ਸ਼ਹੀਦ ਆਖਦੇ ਹਾਂ, ਜਿਨ੍ਹਾਂ ਨੇ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਲੋਹਾ ਲੈਂਦਿਆਂ ਸ਼ਹਾਦਤ ਪ੍ਰਾਪਤ ਕੀਤੀ ਹੈ, ਉਹਨਾਂ ਨੂੰ ਆਪਾਂ ਸ਼ਰਧਾਂਜਲੀਆਂ ਦੇ ਰਹੇ ਹਾਂ। ਸ਼ਹਾਦਤ ਕਿਸੇ ਜ਼ੁਲਮ ਦੇ ਵਿੱਚੋਂ ਪੈਦਾ ਹੁੰਦੀ ਹੈ। ਸ਼ਹਾਦਤ ਕਦੇ ਚੰਗਿਆਂ ਸਮਿਆਂ ਦੇ ਉੱਤੇ ਜਾਂ ਕਿਸੇ ਚੰਗੇ ਕਾਰਜ ਕਰਦਿਆਂ ਨਹੀਂ, ਬਲਕਿ ਜ਼ੁਲਮ ਦੇ ਖਿਲਾਫ ਲੜਦਿਆਂ, ਜਿਸ ਦੇ ਪਿੱਛੇ ਇੱਕ ਜ਼ੁਲਮ ਦੀ ਲੰਮੀ ਦਾਸਤਾਨ ਹੁੰਦੀ ਹੈ, ਤਾਂ ਫਿਰ ਸ਼ਹਾਦਤ ਤੱਕ ਉਸ ਸਮੇਂ ਦਾ ਪੜਾਅ ਬਣਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮੁਰਦਾ ਹੋਏ ਮਰੀਜ਼ ਦਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਹੋਵਣਾ। ਭਰਮ ਭਉ ਖੋਵਣਾ ਇਹ ਸਿਧਾਂਤ ਹੈ ਸਾਡੇ ਗੁਰਦੇ ਇਸ ਗੁਰੂ ਸਮਾਜ ਦਾ ਕਿ ਸ਼ਹੀਦ ਉਦੋਂ ਹੁੰਦਾ ਹੈ ਜਿਸ ਤੋਂ ਜਿਸ ਦੇ ਮਨ ਅੰਦਰ ਕੋਈ ਭਰਮ ਨਹੀਂ ਹੈ ਤੇ ਦੁਨੀਆਂ ਦੇ ਉੱਤੇ ਉਹਨੂੰ ਕਿਸੇ ਵੀ ਸਿਤਮਗਰ ਦਾ ਹਾਕਮ ਦਾ ਡਰ ਨਾ ਰਹਿ ਜਾਏ। ਤੇ ਫਿਰ ਚੰਦ ਮੁਬਾਰਕ ਈਦ ਪੁੱਗ ਖਲੋਵਣਾ, ਈਦ ਦੇ ਚੰਦ ਦੇ ਨਾਲ ਭਾਈ ਗੁਰਦਾਸ ਨੇ ਸ਼ਹੀਦ ਦੀ ਤੁਲਨਾ ਕੀਤੀ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਪੀਰ ਪੈਕੰਬਰ ਸਾਲਕ ਸਾਧਕ ਸੁਹਦੇ ਔਰ ਸ਼ਹੀਦ। ਕਿਸ ਕਤਾਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜ਼ੁਲਮ ਦੇ ਖਿਲਾਫ ਗਵਾਹੀ ਦੇਣ ਵਾਲੇ ਨੂੰ ਖੜਾ ਕੀਤਾ ਹੈ, ਇਹ ਬੜੇ ਸੁੰਦਰ ਅਧਿਆਏ ਨੂੰ ਰੂਪਮਾਨ ਕਰਦੇ ਨੇ। ਸ਼ਹਾਦਤ ਕਰਮਾਂ ਵਾਲਿਆਂ ਦੇ ਨਸੀਬ ਦੇ ਵਿੱਚ ਹੁੰਦੀ ਹੈ ਤੇ ਜਿਸ ਤਰ੍ਹਾਂ ਮੈਂ ਕਿਹਾ ਕਿ ਸ਼ਹਾਦਤ ਦੇ ਪਿੱਛੇ ਇੱਕ ਬਹੁਤ ਵੱਡਾ ਜ਼ੁਲਮ ਦਾ ਜ਼ਾਲਮਾਨਾ ਅਧਿਆਇ ਲਿਖਿਆ ਹੁੰਦਾ ਹੈ ਤੇ ਸ਼ਹਾਦਤ ਹਮੇਸ਼ਾ ਭਵਿੱਖ ਦੇ ਲਈ ਪ੍ਰੇਰਣਾ ਦਾ ਸਰੋਤ ਬਣਦੀ ਹੈ ਤੇ ਸ਼ਹਾਦਤ ਦਾ ਮੁੱਢ ਜ਼ੁਲਮ ਦੇ ਕਾਰਨ ਬਚਦਾ ਹੈ, ਇਹ ਗੱਲ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ। ਹਰਿੰਦਰ ਸਿੰਘ ਮਹਿਬੂਬ ਲਿਖਦਾ ਹੈ ਕਿ ਕੌਮ ਸ਼ਹੀਦ ਗੁਰੂ ਦੇ ਮੂਹੇ ਕਰ ਸੁੱਤੀ ਅਰਦਾਸਾ। ਮੈਂ ਹੁਣ ਉਸ ਅਧਿਆਇ ਵੱਲ ਆਵਾਂ ਕਿ ਜਿਹੜੇ ਇਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਆਪਾਂ ਜੁੜੇ ਹਾਂ ਉਹਦੇ ਪਿੱਛੇ ਕਿਹੜਾ ਕਾਲਾ ਅਧਿਆਇ ਹੈ ਜਿਸ ਦੇ ਕਾਰਨ ਇੱਕ ਅੰਗ ਰੱਖਿਅਕ ਨੂੰ ਉਸਦੀ ਜਾਨ ਲੈਣ ਤੱਕ ਦਾ ਫੈਸਲਾ ਕਰਨਾ ਪਿਆ। ਬਹੁਤ ਵੱਡਾ ਲੰਬਾ ਫੈਸਲਾ ਹੈ, ਬੜਾ ਲੰਬਾ ਸਫ਼ਰ ਹੋਏਗਾ ਜਿਹੜਾ ਬੇਅੰਤ ਸਿੰਘ ਨੇ ਆਪਣੇ ਮਨ ਦੇ ਅੰਦਰ ਤੈਅ ਕੀਤਾ ਹੋਏਗਾ। ਐਡਾ ਵੱਡਾ ਫੈਸਲਾ ਕਰਨਾ ਆਸਾਨ ਨਹੀਂ ਹੈ ਕਿ ਜਿਸ ਇਨਸਾਨ ਦੀ ਰੱਖਿਆ ਮੈਂ ਕਰ ਰਿਹਾ ਤੇ ਅੱਜ ਜਦੋਂ ਮੇਰੇ ਸਾਹਮਣੇ ਆਊਗੀ ਤਾਂ ਮੈਂ ਗੋਲੀ ਦੇ ਨਾਲ ਉਸਨੂੰ ਵਿੰਨ ਦੇਣਾ। ਸ਼ਾਇਦ ਵਿੰਨਾ ਸੌਖਾ ਹੋਏਗਾ ਪਰ ਫੈਸਲਾ ਕਰਨਾ ਕਿੰਨਾ ਔਖਾ ਹੋਏਗਾ। ਮਹਿਬੂਬ ਸਾਹਿਬ ਲਿਖਦੇ ਨੇ ਕਿ ਕੌਮ ਸ਼ਹੀਦ ਗੁਰੂ ਦੇ ਬੂਹੇ ਕਰ ਸੁੱਤੀ ਅਰਦਾਸਾਂ, ਡੈਣ ਸਰਾਲ ਚੋਰ ਜੋ ਸਰਕੀ ਲੈ ਕੇ ਘੋਰ ਪਿਆਸਾ।
ਡੈਣ ਸਰਾਰ ਸਰਾਰ ਲਫ਼ਜ਼ ਹੈ ਜਿਹੜਾ ਇਸ ਨੂੰ ਹਰਿੰਦਰ ਸਿੰਘ ਮਹਿਬੂਬ ਇਸਤੇਮਾਲ ਕਰਦਾ ਹੈ ਜੀ ਬਰੀਕੀ ਵਿੱਚ ਜਾਣ ਦੀ ਲੋੜ ਹੈ ਸਰਾਰ ਡੰਗ ਮਾਰ ਕੇ ਕਿਸੇ ਦੀ ਜਾਨ ਨਹੀਂ ਲੈਂਦੀ ਸਰਾਰ ਦਾ ਸੁਭਾਅ ਹੈ ਕਿ ਆਪਣੇ ਆਪਣੇ ਵਿੱਚੋਂ ਸਕੁਈਜ਼ ਕਰਕੇ ਕੁੱਟ ਕੇ ਕਚੁੰਬਰ ਕੱਢ ਕੇ ਕਿਸੇ ਵੀ ਪੰਛੀ ਜਿਸ ਨੂੰ ਉਹਨੇ ਮਾਰਨਾ ਹੈ ਉਹ ਮਾਰਦੀ ਹੈ ਸਰਾਰ ਉੱਤੇ ਜਿਸਦੇ ਵਿੱਚ ਇੰਨੀ ਤਾਕਤ ਹੈ ਸੋ ਸਰਾਰ ਦਾ ਇਸਤੇਮਾਲ ਕਰਨਾ ਇਹ ਦੱਸਦਾ ਹੈ ਕਿ ਸਿਰਫ ਆ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ ਉੱਥੋਂ ਅੰਦਰ ਜਿਹੜੇ 200-400 ਸਿੰਘ ਸਨ ਉਹਨਾਂ ਨੂੰ ਸ਼ਹੀਦ ਕਰਨ ਦਾ ਮਨਸੂਬਾ ਨਹੀਂ ਸੀ ਡੈਣ ਸਰਾਰ ਚੋਰ ਜੋ ਸਰਕੀ ਕਿ ਸਮੁੱਚੀ ਸਿੱਖ ਕੌਮ ਨੂੰ ਆਪਣੇ ਕੜਾਵੇ ਵਿੱਚ ਲੈ ਕੇ ਸਕੁਈਜ਼ ਕਰ ਦੇਣਾ ਇਸ ਮਨਸੂਬੇ ਦੇ ਨਾਲ ਉਹ ਇੱਥੇ ਪਹੁੰਚੀ ਸੀ ਹਰਿੰਦਰ ਸਿੰਘ ਮਹਿਬੂਬ ਇੱਕ ਹੋਰ ਖਿਆਲ ਦਿੰਦੇ ਨੇ ਬੁੱਧ ਪੂਜਾ ਦੇ ਸੀਨੇ ਦੇ ਵਿੱਚ ਫੱਫੇ ਕੁੱਟਣੀ ਸੁੱਤੀ ਇਹ ਜਿਹੜੇ ਲਫ਼ਜ਼ ਨੇ ਨਾ ਇਸਤੇਮਾਲ ਕੀਤੇ ਗਏ ਨੇ ਮਹਿਬੂਬ ਸਾਹਿਬ ਵੱਲੋਂ ਇਹ ਉਸ ਡੈਣ ਸਰਾਰ ਇੰਦਰਾ ਗਾਂਧੀ ਉਸਦੇ ਮਨਸੂਬੇ ਅਤੇ ਉਸ ਸਿਸਟਮ ਦੇ ਮਨਸੂਬਿਆਂ ਨੂੰ ਇਕੱਲੇ ਇਕੱਲੇ ਬਾਖੂਬ ਲਫ਼ਜ਼ਾਂ ਦੇ ਨਾਲ ਬਿਆਨ ਕਰਦੀ ਹੈ ਉਹ ਲਿਖਦਾ ਹੈ ਕਿ ਨਾਰ ਸਰਾਰ ਸਰਗ ਦਾ ਘੇਰਾ ਹਰਿਮੰਦਰ ਨੂੰ ਪਾਇਆ ਰਿਸਕ ਫਕੀਰਾਂ ਵਾਲਾ ਸੱਚਾ ਆ ਤਕਦੀਰ ਜੜਾ ਹੈ ਇਹ ਮਾਹੌਲ ਸੀ 1 ਜੂਨ 1984 ਨੂੰ ਦਰਬਾਰ ਸਾਹਿਬ ਦਾ ਤੇ ਇੰਦਰਾ ਗਾਂਧੀ ਇੱਕ ਮਨਸੂਬੇ ਨੇ ਇੱਕ ਵਿਉਂਤ ਦੇ ਨਾਲ ਇੱਕ ਖਾਸ ਨਸਲ ਖੁਸ਼ੀ ਖੁਰਾਕ ਫੌਜ ਮਿਟਾਉਣ ਦੇ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਫੌਜਾਂ ਲੈ ਕੇ ਪਹੁੰਚੀ ਸੀ ਪਹੁੰਚੀ ਦਾ ਮਤਲਬ ਉਸਦੀ ਸਲਤਨਤ ਉਸਦੇ ਹੁਕਮ ਆਏ ਸਨ ਹਿਟਲਰ ਨੇ ਜਿਊਜ਼ ਨੂੰ ਕਹਿੰਦੇ ਨੇ ਕਿ ਡੈਥ ਚੈਂਬਰਸ ਦੇ ਵਿੱਚ ਪਾਇਆ ਤੇ ਉਸਨੂੰ ਉਸਨੇ ਦਿੱਤਾ ਕਿ ਇਹ ਆਖਰੀ ਹੱਲਾ ਹੈ ਜਿਊਜ਼ ਨੂੰ ਖਤਮ ਕਰਨ ਦਾ ਤੇ ਉਹਨੇ ਮਿਲੀਅਨਸ ਆਫ ਜਿਊਜ਼ ਨੂੰ ਇੱਕੋ ਝਟਕੇ ਖਤਮ ਕਰ ਦਿੱਤਾ ਆਖਰੀ ਹੱਲਾ ਤੇ ਜਦੋਂ ਅਸੀਂ ਉਹਨੂੰ ਕੰਪੇਅਰ ਕਰਦੇ ਹਾਂ ਤਾਂ ਇੰਦਰਾ ਗਾਂਧੀ ਹਰਿੰਦਰ ਸਿੰਘ ਮਹਿਬੂਬ ਦੇ ਕਹਿਣ ਮੁਤਾਬਕ ਇੱਕ ਇਹੋ ਜਿਹਾ ਸ਼ਿਕੰਜਾ ਕਸਣ ਆਈ ਸੀ ਕਿ ਉਹਦੀ ਜ਼ਿੰਦਗੀ ਦਾ ਇਹ ਆਖਰੀ ਹੱਲਾ ਸੀ ਕਿ ਇਹ ਦਸਤਾਰਾਂ ਵਾਲੇ ਕਦੇ ਮੇਰੇ ਸਾਹਮਣੇ ਸਿਰ ਨਹੀਂ ਚੁੱਕ ਸਕਣਗੇ ਇਸ ਮਨਸੂਬੇ ਦੇ ਨਾਲ ਹੋਏ ਜ਼ੋਰ ਜ਼ੁਲਮ ਫੁੱਲੇ ਘਨੋ ਕਾਂਚੀ ਦੇਹ ਬੇਕਾਰ ਗੁਰੂ ਅਰਜਨ ਪਾਤਸ਼ਾਹ ਦੱਸਦੇ ਕਿ ਕਈ ਵਾਰ ਕਿਸੇ ਨੂੰ ਆਪਣੇ ਆਪ ਦਾ ਆਪਣੇ ਵਜੂਦ ਦਾ ਆਪਣੀ ਤਾਕਤ ਦਾ ਬੜਾ ਝੂਠਾ ਹੰਕਾਰ ਹੋ ਜਾਂਦਾ ਹੈ ਤੇ ਫਿਰ ਉਹ ਜ਼ੋਰ ਜ਼ੋਰ ਕਰਦਾ ਕਿਉਂਕਿ ਉਹ ਸਦੀ ਵੀ ਨਹੀਂ ਹੁੰਦਾ ਕਿਉਂਕਿ ਉਹਦਾ ਹੰਕਾਰ ਹੈ ਉਸ ਨੂੰ ਲੱਗਦਾ ਹੈ ਕਿ ਮੈਂ ਇੰਨੀ ਕੁ ਤਾਕਤਵਰ ਹਾਂ ਕਿ ਮੈਂ ਐਸਾ ਕੰਮ ਕਰ ਜਾਵਾਂਗੀ ਤੇ ਉਸਨੇ ਕੀਤਾ ਜ਼ਰੂਰ ਪਰ ਮਨਸੂਬੇ ਸਫਲ ਨਹੀਂ ਹੋਏ ਕਿਉਂਕਿ ਕੁਝ ਵਕਤ ਬਾਅਦ ਬੇਅੰਤ ਸਿੰਘ ਨੂੰ ਛੁੱਟੀ ਮਿਲ ਗਈ ਆਪਣੀ ਜੋਬ ਤੋਂ ਅਸੀਂ ਵੀ ਜਦੋਂ ਇਹਨਾਂ ਵਿਦੇਸ਼ਾਂ ਵਿੱਚੋਂ ਜਾਂਦੇ ਹਾਂ ਚਾਚੇ ਤਾਏ ਭੂਆ ਫੁੱਫੀਆਂ ਨੂੰ ਮਿਲ ਕੇ ਇੱਕ ਮਨ ਦੇ ਵਿੱਚ ਹੁੰਦਾ ਕਿ ਦਰਬਾਰ ਸਾਹਿਬ ਜ਼ਰੂਰ ਜਾਣਾ ਹੈ ਸੋ ਦਿੱਲੀ ਤੋਂ ਛੁੱਟੀ ਲੈ ਕੇ ਆਇਆ ਦਰਬਾਰ ਸਾਹਿਬ ਗਿਆ ਦਰਬਾਰ ਸਾਹਿਬ ਦੇ ਖੰਡਰਾਤ ਉਸਨੇ ਵੇਖੇ ਮਤ ਪੂਛ ਮੇਰੇ ਸ਼ਬਦ ਸਬੱਬ ਕਾ ਆਲਮ ਉਰਦੂ ਦਾ ਸ਼ਾਇਰ ਕਹਿੰਦਾ ਕਿ ਮਤ ਪੂਛ ਮੇਰੇ ਸਬੱਬ ਕਾ ਆਲਮ ਹਮ ਤੋ ਇੱਧਰ ਇਸ ਕਦਰ ਟੁੱਟੇ ਹੈ ਕਿ ਦਰਦ ਸੁਣਾਇਆ ਨਹੀਂ ਜਾਂਦਾ ਇਹ ਹਾਲਾਤ ਸਨ ਬੇਅੰਤ ਸਿੰਘ ਦੇ ਜਦੋਂ ਉਸਨੇ ਉਸ ਖੰਡਰਾਤ ਨੂੰ ਵੇਖਿਆ ਕਿ ਹਰ ਮੌੜ ਹਰ ਮੋੜ ਤੇ ਸਲੀਮਾ ਹਰ ਪੈਰ ਤੇ ਹਨੇਰਾ ਐਡਾ ਜ਼ੁਲਮ ਉਹ ਵੀ ਉਸ ਇਨਸਾਨ ਦੇ ਹੁਕਮ ਦੇ ਨਾਲ ਜਿਸਦਾ ਮੈਂ ਅੰਗ ਰੱਖੇ ਕਹਾਂ ਇੱਥੋਂ ਇਹ ਵਿਚਾਰਾਂ ਦਾ ਸਫ਼ਰ ਉਸਦੇ ਮਨ ਅੰਦਰ ਉਤਪੰਨ ਹੋਇਆ ਪੈਦਾ ਹੋਇਆ ਹਰਿੰਦਰ ਸਿੰਘ ਮਹਿਬੂਬ ਲਿਖਦਾ ਹੈ ਕਿ ਰੋ ਬੇਅੰਤ ਨੇ ਸਜਦੇ ਕੀਤੇ ਘਾਇਲ ਬੇਰੀਆਂ ਥੱਲੇ ਰੋ ਰੋਣਾ ਤਾਂ ਸੁਭਾਵਕ ਸੀ ਸਿੰਘ ਸਾਹਿਬ ਹੁਣੇ ਦੱਸ ਰਹੇ ਸਨ ਕਿ ਇਹ ਵੀ ਦਰਬਾਰ ਸਾਹਿਬ ਉਸ ਵਕਤ ਗਏ ਸਨ ਸਿੱਖ ਦੇ ਅੱਖ ਦੇ ਵਿੱਚ ਹੰਝੂਆਂ ਦਾ ਸਮੁੰਦਰ ਵਹਿ ਪਏਗਾ ਗੇ ਉਹ ਦਰਬਾਰ ਸਾਹਿਬ ਦੇ ਖੰਡਰਾਤ ਨੂੰ ਇਸ ਸ਼ਕਲ ਦੇ ਵਿੱਚ ਵੇਖੇਗਾ
ਸੋ ਬਿਆਨ ਸਿੰਘ ਦਾ ਸੁਭਾਵਕ ਸੀ ਕਿ ਉਸਦੇ ਅੱਖਾਂ ਦੇ ਵਿੱਚ ਹੰਝੂ ਆਏ ਪਰ ਉਹਨਾਂ ਹੰਝੂਆਂ ਨੂੰ ਉਸਨੇ ਪੂੰਝਣ ਦੀ ਬਜਾਏ ਉਸਨੇ ਇੱਕ ਚੈਲੰਜ ਦੇ ਰੂਪ ਦੇ ਵਿੱਚ ਲਿਆ ਰੋ ਬਿਆਨ ਨੇ ਸਜਦੇ ਕੀਤੇ ਕਾਇਲ ਬੇਰੀਆਂ ਥੱਲੇ ਅਰਦਾਸ ਕੀਤੀ ਇਹ ਬਿਮਲ ਕੌਰ ਖਾਲਸਾ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਦੋਂ ਆਏ ਸਨ ਉਦੋਂ ਆਪਣੀ ਇਹ ਦਾਸਤਾਨ ਉਸਨੇ ਖੋਲ ਕੇ ਸੁਣਾਈ ਸੀ ਤੁਸੀਂ ਵੀ ਸੁਣੀ ਹੋਏਗੀ ਕਿ ਉਸਨੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਇਹ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਇਹ ਮੇਰੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਤੌਫੀਕ ਬਖਸ਼ ਮੈਨੂੰ ਬਲ ਬਖਸ਼ ਮੇਰੇ ਤੇ ਕਿਰਪਾ ਕਰ ਕਿ ਮੈਂ ਇਤਿਹਾਸ ਦੇ ਉਸ ਪੁਰਾਣੇ ਸਾਹਿਬ ਦਾਦੀ ਦੀ ਗੱਲ ਕਰ ਰਹੇ ਸਨ ਸਿੰਘ ਸਾਹਿਬ ਕਿ ਮੈਂ ਅੱਜ ਦੇ ਅਬਦਾਲੀ ਦਾ ਘਾਣ ਕਰ ਸਕਾਂ ਨਾਸ ਕਰ ਸਕਾਂ ਖਾਤਮਾ ਕਰ ਸਕਾਂ ਉਸਨੂੰ ਸੋਧ ਸਕਾਂ ਉਸਦਾ ਸੋਧਾ ਲਾ ਸਕਾਂ ਕਹਿੰਦੇ ਹਨ ਕਿ ਖੁਦਾ ਮਨਜ਼ੂਰ ਕਰਦਾ ਹੈ ਦੁਆ ਜਬ ਦਿਲ ਸੇ ਹੋਤੀ ਹੈ ਬਾਤ ਇਹ ਕਿ ਵਕਤ ਬੜੀ ਮੁਸ਼ਕਿਲ ਸੇ ਹੋਤੀ ਹੈ ਕਿ ਐਸੀ ਅਰਦਾਸ ਬੇਅੰਤ ਸਿੰਘ ਨੇ ਕਿਸ ਤਰ੍ਹਾਂ ਕੀਤੀ ਹੋਏਗੀ ਕਿ ਇਸ ਤੇ ਪਾਤਸ਼ਾਹ ਮੈਨੂੰ ਹਿੰਮਤ ਬਖਸ਼ ਮੈਂ ਇੰਦਰਾ ਗਾਂਧੀ ਦਾ ਕਤਲ ਕਰ ਦਿਆਂ ਇੱਥੋਂ ਇਹ ਗੱਲ ਸ਼ੁਰੂ ਹੁੰਦੀ ਹੈ ਕਿ ਗੁਰੂ ਪਾਤਸ਼ਾਹ ਦੀ ਕਿੰਨੀ ਬਖਸ਼ ਸੀ ਤੇ ਗੁਰੂ ਪਾਤਸ਼ਾਹ ਨੇ ਕਿੰਨੀ ਮਿਹਰ ਕੀਤੀ ਉਸ ਗੁਰਸਿੱਖ ਦੇ ਉੱਤੇ ਜਿਸਨੇ ਬਾਅਦ ਦੇ ਵਿੱਚ ਅੰਮ੍ਰਿਤ ਛਕ ਕੇ ਇਸ ਅਰਦਾਸ ਨੂੰ ਨੇਪਰੇ ਚਾੜਨ ਦੇ ਲਈ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਅਤੇ ਸਤਵੰਤ ਸਿੰਘ ਦਾ ਸਾਥ ਲੈ ਕੇ ਪੂਰਨ ਨਿਭਾਇਆ ਇਤਿਹਾਸ ਦੀ ਗੱਲ ਚੱਲ ਰਹੀ ਸੀ ਇਤਿਹਾਸ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦੀਆਂ ਗੱਲਾਂ ਹੋ ਰਹੀਆਂ ਨੇ ਇਤਿਹਾਸ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਮੱਸੇ ਰੰਗਣ ਦੀ ਜਿਹਦਾ ਨਾਂ ਅਸਲੀ ਮੱਸਾ ਦੀਨ ਸੀ ਤੇ 20ਵੀਂ ਸਦੀ ਦਾ ਮੱਸਾ ਰੰਗਣ ਇੰਦਰਾ ਗਾਂਧੀ ਜਿਸਦਾ ਸਿਰ ਵੱਢਣ ਦੇ ਲਈ ਬਿਆਨ ਸਿੰਘ ਸਤਵੰਤ ਸਿੰਘ ਨੇ ਸੁੱਖਾ ਸਿੰਘ ਮਹਿਤਾਬ ਸਿੰਘ ਦੀ ਰੂਹ ਨੂੰ ਆਪਣੇ ਅੰਦਰ ਪ੍ਰਵੇਸ਼ ਕਰਨ ਦੀ ਅਰਦਾਸ ਕੀਤੀ ਇਹ ਗੁਰਸਿੱਖ ਦੀ ਅਰਦਾਸ ਹੈ ਜਿਹੜੀ ਪੂਰੀ ਹੁੰਦੀ ਹੈ ਅਸੀਂ ਦੁੱਧ ਪੁੱਤ ਦੀਆਂ ਅਰਦਾਸਾਂ ਕਰਦੇ ਹਾਂ ਨਾ ਉਹਦੇ ਵਿੱਚ ਉਹ ਖੁਦਗਰਜ਼ੀ ਨਜ਼ਰ ਆਉਂਦੀ ਹੈ ਇਸ ਕਰਕੇ ਕਈ ਵਾਰ ਗੁਰੂ ਸਾਨੂੰ ਨਜ਼ਰ ਅੰਦਾਜ਼ ਕਰ ਦਿੰਦਾ ਪਰ ਜਦੋਂ ਤੁਸੀਂ ਗੁਰੂ ਤੋਂ ਇੱਕ ਮਨੁੱਖਤਾ ਜ਼ੁਲਮ ਦਾ ਖਾਤਮਾ ਗੁਰੂ ਦਾ ਸਿਧਾਂਤ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹੋ ਤਾਂ ਫਿਰ ਉਹੀ ਗੱਲ ਹੋ ਜਾਂਦੀ ਹੈ ਹਰਿੰਦਰ ਸਿੰਘ ਮਹਿਬੂਬ ਨੂੰ ਫਿਰ ਮੈਂ ਕੋਟ ਕਰਦੇ ਹਾਂ ਕਿ ਹੱਥ ਸਮੇਂ ਹੱਥ ਬੇਅੰਤ ਦੇ ਡਾਢੇ ਕੋਹਣ ਕੁਪੱਤੀਆਂ ਡੈਣਾ ਲਹੂ ਸ਼ਹੀਦ ਦਾ ਲੱਟ ਲੱਟ ਬਲਿਆ ਕਾਲ ਕੇ ਕੁੱਲ ਅਗਾਸਾ ਇਕੱਤੀ ਅਕਤੂਬਰ 1984 ਨੂੰ ਇਤਿਹਾਸ ਦਾ ਇਹ ਅਧਿਆਇ ਲਿਖਿਆ ਗਿਆ ਇੰਦਰਾ ਦਾ ਕਤਲ ਹੋਇਆ ਇੰਦਰਾ ਦੇ ਕਤਲ ਦਾ ਕੀ ਮਾਣਾ ਹੈ ਸਿੱਖ ਇਤਿਹਾਸ ਦੇ ਵਿੱਚ ਹਿੰਦੁਸਤਾਨ ਦੀ ਪ੍ਰੋਪਗੰਡਾ ਮਸ਼ੀਨਰੀ ਨੇ 1 ਜੂਨ ਤੋਂ ਲੈ ਕੇ ਅਕਤੂਬਰ 31 ਤੱਕ ਇਹ ਗੱਲ ਤਕਰੀਬਨ ਆਪਣੇ ਵਾਈਟ ਪੇਪਰ ਜਾਰੀ ਕਰਕੇ ਸਿੱਧ ਕਰ ਦਿੱਤੀ ਸੀ ਕਿ ਦਰਬਾਰ ਸਾਹਿਬ ਤੇ ਜਿਹੜਾ ਹਮਲਾ ਕਰਨਾ ਸੀ ਇਹ ਕੁਝ ਇਹੋ ਜਿਹੇ ਖੂੰਖਾਰ ਲੋਕ ਅੰਦਰ ਬੈਠੇ ਸਨ ਉਹਨਾਂ ਦੇ ਕਾਰਨ ਕੀਤਾ ਸੀ ਉਸ ਨੂੰ ਜਾਇਜ਼ ਠਹਿਰਾਉਣ ਦੇ ਲਈ ਹਿੰਦੁਸਤਾਨ ਦੀ ਸਰਕਾਰ ਨੇ ਟਿੱਲ ਲਾਇਆ ਹੋਇਆ ਸੀ ਤੇ ਮੈਨੂੰ ਕੋਈ ਸ਼ੱਕ ਮੇਰੇ ਦਿਮਾਗ ਦੇ ਵਿੱਚ ਨਹੀਂ ਕਿ ਅਗਰ ਇੰਦਰਾ ਦਾ ਕਤਲ ਨਾ ਹੁੰਦਾ ਤਾਂ ਦੁਨੀਆਂ ਦੇ ਲੋਕਾਂ ਨੇ ਸਾਡੀ ਗੱਲ ਨਹੀਂ ਸੀ ਸੁਣਨੀ ਤਾਂ ਦੁਨੀਆਂ ਦੇ ਲੋਕਾਂ ਨੇ ਹਿੰਦੁਸਤਾਨ ਦੀ ਪ੍ਰੋਪਗੰਡਾ ਮਸ਼ੀਨਰੀ ਦੇ ਦੌਰਾਨ ਕੀਤਾ ਗਿਆ ਇਹ ਝੂਠਾ ਪ੍ਰੋਪਗੰਡਾ ਮੰਨ ਲੈਣਾ ਸੀ ਕਿ ਦਰਬਾਰ ਸਾਹਿਬ ਤੇ ਅਟੈਕ ਕਰਨਾ ਕੋਈ ਇੰਦਰਾ ਦੀ ਗਲਤੀ ਹੋਏਗੀ ਪਰ ਇੰਦਰਾ ਦੇ ਕਤਲ ਤੋਂ ਬਾਅਦ ਦੁਨੀਆਂ ਦੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਕਿ ਬੇਅੰਤ ਸਿੰਘ ਸਤਵੰਤ ਸਿੰਘ ਕੇਰ ਸਿੰਘ ਇਹ ਲੋਕ ਕਿਸੇ ਵੀ ਆਰਗਨਾਈਜੇਸ਼ਨ ਜਾਂ ਜਥੇਬੰਦੀ ਦੇ ਹਿੱਸਾ ਨਹੀਂ ਸਨ ਬਲਕਿ ਹਿੰਦੁਸਤਾਨ ਦੀ ਸਰਕਾਰ ਦੇ ਸਿਸਟਮ ਦਾ ਹਿੱਸਾ ਸਨ ਤੇ ਅਗਰ ਉਹ ਐਸਾ ਫੈਸਲਾ ਕਰਕੇ ਇੰਦਰਾ ਗਾਂਧੀ ਨੂੰ
कतल कर सकते हैं। इसका मतलब है कि दुनिया के कोने कोने में हर सिख का सीना शरणी शरणी होया है, वह दरबार साहब के अटैक तो बाद होया है। यह इंदिरा गांधी की घोर गलती सी, यही एक गलती है जो हिंदुस्तान के टोटे करवाने के साथ देगी, जो हिंदुस्तान के टोटे करवा के सिखा अपना वखरा मुल्क खालिस्तान आजाद करने लिए दुनिया के सामने अपना लिजिट केस रखने का मौका प्रदान करेगी। इतिहास के विच ये घटना उस गल की बेस बनेगी कि सिखा के उत्ते इन्ना जुल्म किया गया है। यह माना है इंदिरा गांधी के कतल का, यह माना सी मस्से रखण का, सिर कटण का, ताकि उस वेले के मुगल हुकूमत ने दस दिता जाए कि सिख नू मार दो बर्दाश्त हो सकता है, सिख के गुरु घर नू नुकसान पहुंचाओगे बर्दाश्त नहीं हो सकता। जे 17वीं सदी दे विच सच सी तां इह 20वीं सदी दे विच वी सच है, ते इह सच 20वीं 25वीं 30वीं 100वीं सदी दे विच वी सच होएगा कि दरबार साहब अगर कोई भी गहरी अख दे नाल वेखेगा तां गुरु बख्शिश जरूर करेगा। पर उस तो बाद ਆਪਾਂ ਅਗਲੀ ਸਵੇਰ ਵੱਲ ਆ ਜਾਈਏ। ਦਿੱਲੀ ਦੀਆਂ ਗਲੀਆਂ ਨੇ ਸ਼ਹਿਰ ਲਿਖਦਾ ਹੈ, ਅੱਛਾ ਥਾ ਬਸ ਲਿਬਾਸ ਕਾ ਰੰਗ ਸਫੈਦ ਥਾ, ਕਿ ਚੰਗੀ ਗੱਲ ਹੈ ਕਿ ਸਿਰਫ ਕੱਪੜਿਆਂ ਦਾ ਹੀ ਰੰਗ ਸਫੈਦ ਸੀ ਇਹਨਾਂ ਦਾ। ਅੱਛਾ ਥਾ ਬਸ ਲਿਬਾਸ ਕਾ ਰੰਗ ਸਫੈਦ ਦਾ ਕਮਬਖਤ ਅਬ ਤੋ ਖੂਨ ਕੇ ਵੀ ਅੰਦਰ ਆ ਗਿਆ, कि इन्हों लोगों का खून भी चिट्टा हो गया। जिस कदर इन्होंने मनुखता की खून के नाल होली खेली है, दिल्ली दरबारियों का खून चिट्टा हो गया। जेडे कदे कश्मीर तो चल के नौवें पातशाह के गोडे फड़ के बैठे सन कि साडा धर्म बचाओ, अज उस सरदारा का शिकार कर लगे। खून दे विच हरामी बुड़ा आ गया। इतिहास के विच यही गल नोट करने वाली हमेशा ही रहेगी, कोई ना कोई जिहड़ी कलम विकण तो जवाब देवेगी उस अध्याय नूं जरूर लिखेगी। वैसे तो इतिहासकारां दीआं कलमां टुटदियां ने विकदियां ने, बहुतात दे विच ऐसा ही हुंदा है। असीं खुद सिख कौम एक बड़े वड्डे संघर्ष दे विचों इस वक्त निकल रहे हाँ कि साढ़े इतिहास के कितनी गदल पाया गया है, क्योंकि कलमां विकिया ते कलमां जिहड़ियां लिखना चाहुंदियां सन वह जोर दे नाल तोड़ दित्तियां गईयां। पर एक दिन इतिहास के गल दर्ज होएगी कि दिल्ली दे विच वसदे उस गुंडा अंसर ते कांग्रेसी गुंडियां का खून चिट्टा हो गया सी। हाँ, पंज सत कोई जिम्मेवार व्यक्ति जां बेअंत सिंह शहीद कर दिता गया, सतवंत सिंह गिरफ्तार कर लिया गया, बलबीर सिंह गिरफ्तार कर लिया गया, केर सिंह गिरफ्तार कर लिया गया, केस चलाया गया, उन्होंने कोई परिवार का जी मार दिता जाता। फिर असं समझते हाँ कि अणखोते थोड़ी बहुत बचती सी, पर जो दिल्ली के गली गली जर्रे जर्रे कानपुर बुखारो बारह होर स्टेटा सिर्फ सिखा इस करके कतल किया गया, जेडे इंदिरा भी इंदिरा मैया आखते सन उन्होंने भी कतल कर दिता गया क्योंकि वह सिख सन। होंद चिल्लड़ का मसला, पटौती का मसला साढ़े सामने 26 साल बाद आया है, तो फिर इस गुंजाइश बाकी नहीं रह जाती कि खून सफेद हो चुका से। कहिंदा मिधे हुए फुल्लां, मिधे हुए फुल्लां, सताईयां हुई लगरां ला देनगियां एक दिन दस्तार यह माली दी, कि जिहड़ा माली खुद फुल्लां नूं मसलन लग जावे, लगरां नूं तोड़न लग जावे, एक दिन समा बदलेगा, उह जो फुल ते लगरां उस माली दी दस्तार लाउण तक जाणगियां, ते उह दिन दूर नहीं है। 26 साल दा समा इह साडे कन्फ्यूजन कारण निकलिया हो सकता है,
पर एक बहुता समा नहीं है। आजाद पलटन, राज पलटन, तख्ता पलटन, हुकूमत बदलन, देश बन दे लिए इस तो वध समा लगता है। यह समा आएगा क्योंकि आवाज हले बुलंद है। आवाज श्रोमणी गुरुद्वारा, श्रोमणी अकाली दल अमृतसर आते होर संगठनों के राही उभर रही है। पंजाब दीयां गलियां दे विच होका दिता जा रहा है सरदार सिमरनजीत सिंह मान वालों कि साडी हुण गल नहीं बननी दिल्ली वालों तुहाडे नाल, आओ बैठ के टेबल उत्ते आपां मुल्कां दी हदबंदी कर लईए। क्योंकि यह गल हर सिख के ज़हन दे विच स्पष्ट हो चुकी है कि जब तक खालिस्तान आजाद नहीं हो जाता, सिख बतौर सिख सुरक्षित नहीं है। आप कोई दबरू घुसड़ू बन के रहना चाहता हो तो कोई प्रॉब्लम भी शायद ना हो। बतौर सिख अगर सिख रहना चाहता है तो फिर दुनिया के नक्शे उत्ते खालिस्तान का खिता अते खालिस्तान की हदबंदी जरूरी है। तो यह गल पंजाब दे विच सरक रही है क्योंकि मत पूछ मेरे सबब का आलम, हम इस कदर टूट चुके हैं कि दर्द बताया नहीं जाता। हालात अणखी लोगों के यह हैं कि हुण खालिस्तान तो बिना गुजारा नहीं है। हुण गल होर कोई हो नहीं सकती। हुण एजेंडे के उत्ते हुण आइटम 1, 2, 3, 4 नहीं, हुण एजेंडे के उत्ते एक आइटम है कि तुसीं 1847-1850 वाला पंजाब देना है, जां तुसीं मौजूदा पंजाब देना है, जां फिर इसकी लाइन थोड़ी ही खिंच के होर अगे नूं करनी है। दा तुसीं 2-4 बिल्डिंगां दिल्ली दीआं रखणियां चाहुंदे हो, असीं तुहाडे ते कृपा कर सकदे हां क्योंकि असीं तां तुहाडा धर्म बचाया है। ते हुण जे बिल्डिंगां भी 2-4 दिल्ली दीआं देणियां पै गईआं तां कोई फर्क नहीं पएगा। दिस इज इह एटीट्यूड अज सिखां दा अते दिल्ली दे दरबार का होना चाहिए है। जब तक नहीं होगा उदों तक यह गल मुकेगी नहीं। हुण आपां वर्तमान समय की गल कर लईए कि साडा विदेशां विच बैठे सिखां दा की रोल है। वैसे तो साडियां अखां विच उदे आ जांदियां ने, कदे पंजाब च अकालियां दा राज हो जांदा, इत्थे अकालियां दीआं इकाइयां बणनियां शुरू हो जांदियां। पंजाब च कांग्रेस का राज हो जाना, इतने कांग्रेस दियां इकाइयां बननियां शुरू हो जाणियां। पंजाब दे विच कबड्डी की गल चलती है तो इतने वड्डे वड्डे टूरनामेंट होने शुरू हो जाते हैं। पंजाब दे विच कोई गाउण वाला मशहूर होंदा तां इतने वड्डे वड्डे शो होने शुरू हो जाते हैं। एक तो साडा सुभाअ जिहा बन गया कि असीं उत्थे वापर रहियां घटनावां नूं इतने अपने जीवन दे विच ढालण की कोशिश करते हैं। पर उत्थे 20वीं सदी की सब तो वड्डी घटना दरबार साहब उत्ते हिंदुस्तान की सरकार वालों हमला सी, ते साडे जीवन दे विचों एक गल मनफी नहीं होनी चाहिए क्योंकि यह आम कहा जाता है। तो बड़े अचंभे फिलोसफर थॉमस जैफरसन का तुहाडे मुल्क का राष्ट्रपति रह चुके हैं, मेरे ख्याल च तीसरा राष्ट्रपति सी थॉमस जैफरसन, गूगल दे उत्ते लुकअप कर लिओ। वह आखदा है कि किसी जालम का विरोध करना अपने गुरु नूं मनण दे बराबर है। जस्ट इमेजिन, अमेरिका का तीसरा प्रेसिडेंट यह कह रहा है कि रेजिस्टेंस टू टायरंट्स इज ओबीडियंस टू गॉड। कि किसी जालम का विरोध करना परमात्मा नूं मत्था टेकण दे बराबर है। तो फिर साड़ी जिंदगी दे विच ये रुझान क्यों नहीं पैदा होएगा। यूनाइटेड नेशन का मैंबर है कंबोडिया, तो कंबोडिया का मेरे ख्याल इनफॉर्मेशन मिनिस्टर से वह कहता कि नो गवर्नमेंट कैन ग्रैंड एमनेस्टी टू दोज हू कमिट जेनोसाइड। यूनाइटेड नेशन की मैंबर की यह कोटेशन है कि कोई भी सरकार उसको एमनेस्टी नहीं दे सकती जिन्हें जेनोसाइड कमिट किया है। तो दिल्ली दे विच कांग्रेस ने, हिंदुस्तान की सरकार ने सिखां दे उत्ते जेनोसाइड कमिट किया है। अकाल तख्त साहब तो
फरमान आ चुका है कि कोई भी सिख उस दिल्ली दंगे ना आके दुनिया के कोने कोने में सिख जेनोसाइड की गल हो चुकी है। कनेडियन पार्लीमेंट के कनेडियन पार्लीमेंटेरियन ने खड़े होके सिख जेनोसाइड की पटीशन दायर की हुई है। ते अगर हिंदुस्तान की सरकार ने जेनोसाइड कमिट किया है तो फिर दुनिया के लोग हिंदुस्तान की सरकार को एमनेस्टी नहीं दे सकते। अगर देंदे हैं तो असं उन्होंने याद करवाना है कि तुसी गलत करते हो। बस अखीर दे विच मैं यही कहना चाहना कि तुर्की दे उत्ते कई हजार साल सुल्ताना का राज रहा। ते उत्थों दा एक फिलोसफर सी केमल अटातुल्ला, उन्हें अपनी फिर फिलोसफी दा किताबां कतूबां छड्ड के यह लहर शुरू की कि मैं तुर्की नूं आजाद करवाना है। ते उन्हें लोगों नूं नारा दिता है सावरनिटी इज नॉट गिवन, सावरनिटी मस्ट बी टेकन, के आजादी प्लेट दे विच रख के कोई नहीं देता, यह ली जाती है। सो साडे दा गुरु साहिबाना दा गुरु इतिहास सानू पैर पैर ते इहो जिहियां गल्लां समझाउंदा है। जे असीं गुरु साहिब दीआं गल्लां सानू समझ नहीं आउंदियां असीं दुनिया दे इहनां फिलोसफरां दीआं गल्लां मन लईए, असीं दुनिया दे सियाणे लोकां दीआं गल्लां मन लईए कि अगर तुसीं अपनी पछाण बणा के रखणी है, अगर तुसीं धन धन साहिब श्री गुरु ग्रंथ साहिब जी दे दरबार लगे वेखणे चाहुंदे हो फिर आजादी वाल वधो। खालिस्तान आजाद करवाने के लिए अपनी वित्त मुताबक ते अगर हो सके अपनी वित्त तो भी वध के योगदान पाओ। अगर तुसी ऐसा कर लवोगे तो फिर वो दूर नहीं होएगा। वैसे तो किसी ने चार लाइन पिछले दिन अखबार के लिखी है जो हूं चिल्लर का मसला सामने आया, वह कहता भी ऐ मेरे शहर के लोगो बहुत खुश ने तुहाडे ते, ऐ मेरे शहर के लोगो बहुत खुश ने तुहाडे ते, तुहाडे शहर वाल आईया गिरजा की डार। क्या लोगो तुहाडे ते ये गिरजा की डार बड़ी खुश है क्योंकि अज इन्हां नूं खाण नूं बहुत सारे मनुखी सरकीर उन्हां जालमां दे कारण मिल गए ने। यह हालात ने साडे जिथे जसवंत सिंह खालड़ा वर्गिया हरी के पत्तर दे विच मच्छियां दा भोजन बनाया गया, उत्थे होम चिल्लर पटौदी दिल्ली दीआं गलियां गलियां दे विच गिरजा कुत्तियां दे खाण दे लई सिखां दीआं लाशां। इस हिंदुस्तान दे निजाम ने सिस्टम ने खिलार दित्तियां सन। ते जिहड़ियां कौमां गुलाम हुंदियां ने इह उहनां दे नाल ही हुंदा है। सुखदेव सिंह हुणी कह रहे सन तुसीं कदे पाकिस्तान दे विच कुरान सड़ी सुनी है, कदे सुनी खबर कि उत्थे पाकिस्तान च कुरान साड़ दित्ती गई, कदे तुसीं खबर पढ़ी है कि हिंदुस्तान दे विच गीता साड़ दित्ती गई, कदे तुसीं सुनिया है कि इन्हां यूरोपियन जां फिर नॉर्थ अमेरिकन कंट्रीज दे विच बाइबल साड़ी गई है। अगर तुसीं इह नहीं सुनिया पर तुसीं इह जरूर सुनिया होगा कि पंजाब दे विच हर महीने गुरु ग्रंथ साहब के सरूप साड़े जाते हैं। तुसी मत्था टेकन आए हो, अज भी टेकिया है, हमेशा टेकते हो, बहुत सारे घरां विच भी गुरु साहब के सरूप मौजूद होंगे, पर यह गुरु साहब का सरूप वो है जिस दे विच हिंदुस्तान की सरकार ने 1984 विच गोलियां मारिया से, उस रूप ही अज मौजूद पिया। गोली भी कहते हैं पिछे गए देखी तो नहीं, सारी आत्मा के उत्ते इन्हां गल्लां दा भार होना जरूरी है, भार पैना जरूरी है सारी आत्मा के उत्ते। ते अखीर दे विच श्रोमणी अकाली दल अमृतसर ते इसके समूह कारकुन ते सरदार सिमरजीत सिंह मान जिस तरह पंजाब दे विच अगवाई कर रहे हैं, एक नुकाती प्रोग्राम लैके चले ने, चाहे श्रोमणी कमेटी दी इलैक्शन लड़नियां होण, चाहे वह
ਪੰਜਾਬ ਦੀਆਂ ਸੂਬਾ ਇਲੈਕਸ਼ਨਾਂ ਲੜੀਆਂ ਹੁਣ ਚਾਹੇ ਫਿਰ ਫੈਡਰਲ ਹੋਣ ਕਿ ਵੀ ਭਾਈ ਮੇਰਾ ਮੁੱਦਾ ਤਾਂ ਸਿੱਖਾਂ ਦਾ ਵੱਖਰਾ ਮੁੱਲ ਖਾਲਿਸਤਾਨ ਹੈ ਸਾਨੂੰ ਇਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਇਹ ਕੋਈ ਰਵਾਇਤੀ ਤੌਰ 'ਤੇ ਖਬਰਾਂ ਦੀ ਸਮੱਗਰੀ ਨਹੀਂ ਹੈ ਇਹ ਸਾਡੀ ਇੱਜ਼ਤ ਦੇ ਨਾਲ ਸਾਡੇ ਭਵਿੱਖ ਦੇ ਨਾਲ ਸਾਡੇ ਆਉਣ ਵਾਲੇ ਸਮੇਂ ਦੇ ਨਾਲ ਸਾਡੀ ਕੌਮ ਦੀ ਚੜ੍ਹਦੀ ਕਲਾ ਦੇ ਨਾਲ ਜੁੜਿਆ ਹੋਇਆ ਅਧਿਆਇ ਹੈ ਇਸ ਨੂੰ ਗੰਭੀਰਤਾ ਦੇ ਨਾਲ ਲਿਆ ਕਰੋ ਅਤੇ ਜਿਨ੍ਹਾਂ ਸ਼ਹੀਦਾਂ ਨੂੰ ਅਸੀਂ ਅੱਜ ਪ੍ਰਣਾਮ ਕਰਨ ਆਏ ਹਾਂ ਡੇਨਿਸ ਦੇ ਫਿਲਾਸਫਰ ਨੇ ਸੋਰੇਨ ਵਿਕਗਾਰਡ ਉਹ ਬੜੀ ਖੂਬਸੂਰਤ ਗੱਲ ਲਿਖਦਾ ਕਹਿੰਦਾ ਜਦੋਂ ਸਿਤਮਗੜ ਕਿਤੇ ਜ਼ੁਲਮੀ ਬੰਦਾ ਮਰਦਾ ਹੈ ਤਾਂ ਉਸਦੇ ਰਾਜ ਦਾ ਆਪ ਖਾਤਮਾ ਹੋ ਜਾਂਦਾ ਗਦਾਫੀ ਦਾ ਖਾਤਮਾ ਹੁੰਦਾ ਵੇਖਿਆ ਕਰਨਾ ਕਹਿੰਦਾ ਵੈਨ ਟਰਨ ਡਾਈਜ਼ ਹਿਸ ਰੂਟ ਓਵਰ ਵੈਨ ਮਾਰਟਰ ਡਾਈਜ਼ ਹਿਸ ਰੂਟ ਬਿਗਿਨਸ ਕਿ ਜਦੋਂ ਕੋਈ ਸ਼ਹਾਦਤ ਪ੍ਰਾਪਤ ਕਰਦਾ ਹੈ ਤੇ ਉਸਦੇ ਰਾਜ ਦੀ ਸ਼ੁਰੂਆਤ ਹੁੰਦੀ ਹੈ ਸੋ ਆਓ ਆਪਾਂ ਇਕੱਤਰ ਹੋ ਕੇ ਅੱਜ ਇੱਥੇ ਅਰਦਾਸ ਕਰਨੀ ਹੈ ਰਾਜਵਾੜਾ ਸਾਹਿਬ ਦੀ ਚੜ੍ਹਦੀ ਕਲਾ ਦੇ ਲਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਇਆ ਸਿੰਘ ਲਾਹੌਰੀਆ ਤੇ ਹੋਰ ਸਮੂਹ ਸਿੱਖਾਂ ਦੀ ਜਿਹੜੇ ਇਸ ਵਕਤ ਹਿੰਦੁਸਤਾਨ ਦੀ ਸਰਕਾਰ ਦੀਆਂ ਜੇਲ੍ਹਾਂ ਵਿੱਚ ਸੜ ਰਹੇ ਨੇ ਉਹਨਾਂ ਦੀ ਚੜ੍ਹਦੀ ਕਲਾ ਲਈ ਜਿੱਥੇ ਅਰਦਾਸ ਕਰਨੀ ਹੈ ਉੱਥੇ ਬੇਅੰਤ ਸਿੰਘ ਸਤਵੰਤ ਸਿੰਘ ਕੇਰ ਸਿੰਘ ਸੁੱਖਾ ਜਿੰਦਾ ਅਤੇ ਅਨੇਕਾਂ ਉਹਨਾਂ ਸ਼ਹੀਦਾਂ ਦੀਆਂ ਆਤਮਾਵਾਂ ਨੂੰ ਅਸੀਂ ਅੱਜ ਨਮਸਕਾਰ ਕਰਦੇ ਹੋਏ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਇਸ ਲਵਾਰਸ ਕੌਮ ਨੂੰ ਵਾਰਸ ਬਖਸ਼ ਇਸ ਕੌਮ ਨੂੰ ਦੇਸ਼ ਬਖਸ਼ ਇਸ ਕੌਮ ਨੂੰ ਘਰ ਬਖਸ਼ ਤਾਂ ਕਿ ਅਸੀਂ ਜਦੋਂ ਨਿਊਯਾਰਕ ਜਾਈਏ ਯੂਨਾਈਟਡ ਨੇਸ਼ਨ ਦੀ ਬਿਲਡਿੰਗ ਦੇ ਸਾਹਮਣੇ ਜਿੱਥੇ 153-54 ਝੰਡੇ ਝੁੱਲ ਰਹੇ ਨੇ ਉੱਥੇ 13 ਝੰਡਾ ਵੀ ਇੱਕ ਝੁੱਲੇ ਬਸ ਇਹਨੇ ਹੀ ਲਫ਼ਜ਼ ਕਹਿੰਦਾ ਹੋਇਆ ਮੈਂ ਯਾਦ ਕਰਵਾ ਦਿਆਂ ਕਿ ਕੋ ਕਿਸੇ ਕੋ ਰਾਜ ਨਾ ਦੇਹਾ ਜੋ ਲੇ ਹੈ ਨਿਜ ਬਲ ਸੇ ਲੇ ਹੈ ਖਾਲਿਸਤਾਨ ਜ਼ਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ